ਕਿ ਅੱਜ ਇੱਥੇ ਪਾਰਥ ਭੂਸ਼ਣ ਆਸ਼ੂ ਜੀ ਦੀ ਗੱਲ ਚੱਲੀ ਹੈ, ਉਹਨਾਂ ਦੇ ਕੀਤੇ ਕੰਮਾਂ ਦੀ ਗੱਲ ਚੱਲੀ ਹੈ। ਅਸੀਂ ਸਾਰੇ ਕਹਿੰਦੇ ਹਾਂ ਟਿਕਟ ਮਿਲੇ ਉਹਨਾਂ ਨੂੰ, ਮਿਲੇ ਲੁਧਿਆਣੇ 'ਚ ਟਿਕਟ ਮਿਲੇ, ਲੁਧਿਆਣੇ ਦੇ ਨੇਤਾ ਨੂੰ ਟਿਕਟ ਮਿਲੇ, ਕੋਈ ਸਾਨੂੰ ਬਾਹਰੋਂ ਮੰਗਵਾਉਣ ਦੀ ਲੋੜ ਨਹੀਂ, ਕਿਉਂਕਿ ਲੁਧਿਆਣੇ ਦੀ ਬਹੁਤ ਵੱਡੀ ਦੇਣ ਹੈ। ਜੇ ਲੁਧਿਆਣੇ ਦੇ ਲੋਕਾਂ ਨੂੰ ਨੇਤਾ ਵੀ ਬਾਹਰੋਂ ਮੰਗਵਾਉਣਾ ਪੈ ਗਿਆ ਤਾਂ ਫਿਰ ਤਾਂ ਕਿਤੇ ਨਾ ਕਿਤੇ ਕਮੀਆਂ ਨੇ। ਮੈਂ ਸਮਝਦਾ ਨਹੀਂ ਹੋਣਾ ਚਾਹੀਦਾ, ਲੁਧਿਆਣੇ ਦੇ ਵਿੱਚ ਬੜੀਆਂ ਕੁਰਬਾਨੀਆਂ ਵਾਲੇ ਬੜੇ ਸੀਨੀਅਰ ਲੋਕ ਬੈਠੇ ਨੇ, ਪਾਰਥ ਭੂਸ਼ਣ ਆਸ਼ੂ ਜੀ ਮੈਂ ਸਮਝਦਾ ਬੜੀ ਸ਼ਮਤਾ ਰੱਖਦੇ ਨੇ, ਦਿਓ ਟਿਕਟ ਜਿਤਾ ਕੇ ਤੋਰਾਂਗੇ ਉਹਨਾਂ ਨੂੰ। ਅਤੇ ਅੱਜ ਇਹ ਸਾਰਾ ਕੁਝ ਅਸੀਂ ਹਲਕਾ ਆਤਮ ਨਗਰ ਦੇ ਵਿੱਚ ਬੈਠੇ ਹਾਂ, ਓਂਕਾਰ ਚੰਦ ਸ਼ਰਮਾ ਜੀ ਦੇ ਘਰ ਬੈਠੇ ਹਾਂ। ਸਾਰਿਆਂ ਦੇ ਇੱਕੋ ਹੀ ਵਿਚਾਰ ਨੇ, ਸਾਰੇ ਇੱਕ ਵਿਚਾਰ ਨੂੰ ਲੈ ਕੇ ਚੱਲੇ ਨੇ ਕਿ ਕਾਂਗਰਸ ਪਾਰਟੀ ਦਾ ਤਿਰੰਗਾ ਝੰਡਾ ਆਪਣੇ ਮਜ਼ਬੂਤ ਹੱਥਾਂ ਨਾਲ ਪਕੜ ਕੇ 1 ਤਾਰੀਖ ਨੂੰ, 1 ਜੂਨ ਨੂੰ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਪਾਉਣੀ ਹੈ, ਹੱਥ ਪੰਜੇ 'ਤੇ ਪਾਉਣੀ ਹੈ, ਕਿਉਂਕਿ ਕਾਂਗਰਸ ਦਾ ਹੀ ਚੋਣ ਨਿਸ਼ਾਨ ਆ ਜਿਹੜਾ ਨਾਲ ਜਾਣਾ। ਇਹ ਜਿਹੜਾ ਫੁੱਲ ਤੋੜ ਕੇ ਲਿਜਾਉਂਗੇ ਰਾਹ 'ਚ ਹੀ ਮੁਰਝਾ ਜਾਣਾ, ਨਾ ਕੋਈ ਤੱਕੜੀ ਲਿਜਾ ਸਕਦਾ, ਨਾ ਕੋਈ ਝਾੜੂ ਲਿਜਾ ਸਕਦਾ। ਕਾਂਗਰਸ ਦਾ ਚੋਣ ਨਿਸ਼ਾਨ ਆ ਜਿਹੜਾ ਨਾਲ ਲਿਜਾ ਸਕਦੇ ਹੋ ਵੋਟ ਪਾਉਣ ਵੇਲੇ। ਮੈਨੂੰ ਲੱਗਦਾ ਹੁਣ ਤਾਂ ਘੰਟੇ ਅੱਗ ਦੀਆਂ ਹੀ ਗੱਲਾਂ ਨੇ ਕਿ ਉਮੀਦਵਾਰ ਲੱਗਦਾ ਸ਼ਾਮ ਤੱਕ ਮਿਲ ਜੂ, ਨਹੀਂ ਕੱਲ੍ਹ ਮਿਲ ਜੂਗਾ, ਅਤੇ ਜ਼ਿਆਦਾ ਸਮਾਂ ਨਹੀਂ ਲੱਗੂਗਾ। ਪਰ ਅਸੀਂ ਸਾਰੇ ਹੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਂ, ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ, ਮਲਲਿਕਾਰਜੁਨ ਖੜਗੇ ਜੀ ਨੂੰ, ਰਾਹੁਲ ਗਾਂਧੀ ਜੀ ਨੂੰ, ਪ੍ਰਿਯੰਕਾ ਜੀ ਨੂੰ, ਅਤੇ ਬੇਨਤੀ ਕਰਦੇ ਹਾਂ, ਸਾਡੇ ਰਾਜਾ ਵੜਿੰਗ ਨੂੰ ਵੀ ਬੇਨਤੀ ਕਰਦੇ ਹਾਂ ਕਿ ਲੁਧਿਆਣੇ ਤੋਂ ਲੁਧਿਆਣੇ ਦਾ ਵੋਟਰ, ਲੁਧਿਆਣੇ ਦੇ ਆਧਾਰ ਕਾਰਡ ਵਾਲਾ ਨੇਤਾ ਹੀ ਲੁਧਿਆਣੇ ਦਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਹੋਵੇ, ਲੁਧਿਆਣੇ ਤੋਂ ਬਾਹਰੋਂ ਨਾ ਹੋਵੇ, ਕਿਉਂਕਿ ਲੁਧਿਆਣਾ ਇਸ ਗੱਲ ਦੇ ਸਕਸ਼ਮ ਹੈ, ਇਸ ਗੱਲ ਦੀ ਆਪਣੀ ਹੈਸੀਅਤ ਰੱਖਦਾ ਕਿ ਉਹ ਆਪਣੇ ਨੇਤਾ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇਗਾ। ਬਹੁਤ ਬਹੁਤ ਧੰਨਵਾਦ, ਜੈ ਹਿੰਦ। ਮੈਂ ਫਿਰ ਓਂਕਾਰ ਚੰਦ ਸ਼ਰਮਾ ਜੀ ਦਾ, ਸਾਰੇ ਸੀਨੀਅਰ ਕਾਂਗਰਸੀ ਸਾਥੀ ਤੱਗੜ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕਿਸ਼ਨ ਕੁਮਾਰ ਬਾਬਾ ਜੀ, ਉਹਦੇ ਨਾਲ ਬੈਠੇ ਬਹਾਦਰ ਸਿੰਘ ਰਹਿਤ ਜੀ, ਮਹਿੰਦਰ ਸਿੰਘ ਜੀ, ਆਪਣੇ ਬਲਵੀਰ ਸਿੰਘ ਕਲਸੀ ਜੀ, ਬੀਤੀ ਸਾਹਿਬ, ਨਿੱਜੂ ਸਾਹਿਬ, ਡਾਕਟਰ ਘੁਲਾਟੀ ਜੀ, ਹਰਮਿੰਦਰ ਸਿੰਘ ਬਿੱਟੂ ਜੀ ਅਤੇ ਤੱਗੜ ਸਾਹਿਬ ਜੀ, ਸਾਰੇ ਦੇ ਇੱਥੇ ਆਏ ਤਾਂ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਘਰ ਦੇ ਵਿੱਚ ਚੰਨ ਪਾਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਬਾਬਾ ਜੀ ਇੱਕ ਤੁਹਾਡੇ ਇੱਕੋ ਹੀ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਆਪਾਂ ਪੁਰਾਣੇ ਤਾਂ ਬੈਠੇ ਹੀ ਹੈ, ਪੁਰਾਣੇ ਅਸੀਂ ਜਿੰਨੀ ਵੀ ਇੱਥੇ ਜਿਹੜੇ ਕਾਂਗਰਸ, ਜਦੋਂ ਅੱਤਵਾਦ ਦੇ ਟਾਈਮ ਕਾਂਗਰਸ ਆ ਕੇ ਝੰਡਾ ਬੁਲੰਦ ਕੀਤਾ ਸੀ ਤਾਂ ਤੱਗੜ ਦੀ ਟੀਮ ਸੀਗੀ, ਜਦੋਂ ਅਸੀਂ ਇਕੱਠੇ ਹੋ ਕੇ ਜਿਹੜੇ ਕਿ ਇੱਕਜੁੱਟ ਹੋ ਕੇ ਚੱਲੇ ਸੀਗੇ। ਲੇਕਿਨ ਕੁਛ ਦਿਨਾਂ ਤੋਂ ਕੀ ਉਹ ਸਾਲਾਂ ਤੋਂ ਇੱਦਾਂ ਹੋ ਰਿਹਾ ਕਿ ਜਿਹੜੇ ਵੱਡੇ ਲੀਡਰ ਉਹ ਸਾਨੂੰ ਬਿਲਕੁਲ ਇਗਨੋਰ ਕਰ ਰਹੇ ਨੇ। ਸਾਡੇ ਏਰੀਏ ਦੇ ਵਿੱਚ ਜਿਹੜੇ ਬੰਦੇ ਸਰਗਰਮ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਹੈ, ਜਿਹਦੇ ਵਿੱਚ ਬਲਵਿੰਦਰ ਬੇਦੀ ਸੀਗਾ, ਸਾਧੂਰਾਮ ਸਿੰਘ ਜੀ ਸੀਗਾ ਜਿਹਨਾਂ 5 ਸਾਲ ਜਾਣੀ ਕਿ ਦਫ਼ਤਰੀ ਸਾਂਭਿਆ, ਬਾਬੂ ਮੁਲਕ ਰਾਜ ਸੀਗੇ, ਬ੍ਰਾਹਮਣ ਸਭਾ ਦੇ ਚੇਅਰਮੈਨ ਸੀਗੇ, ਔਰ ਕੱਟੜ ਕਾਂਗਸੀ ਸੀਗੇ, ਲੱਖਾ ਜੀ ਆਪਣੇ ਜਿਹੜੇ ਹੈਗੇ ਨੇ ਉਹ ਘਰ 'ਚ ਬੈਠੇ ਹੋਏ ਨੇ ਜਿਹਨਾਂ ਦੀ ਬਹੁਤ ਬੁਰੀ ਹਾਲਤ ਹੈ। ਔਰ ਤੱਗੜ ਸਾਹਿਬ ਵੀ ਮੇਰੇ ਖਿਆਲ ਮੈਂ ਤੁਹਾਨੂੰ ਗੱਲ ਹੀ ਕਰ ਰਿਹਾ ਸੀਗਾ ਕਿ ਇਹਨਾਂ ਦੀ ਕੰਡੀਸ਼ਨ ਬੜੀ ਮਾੜੀ ਸੀਗੀ, ਤੁਹਾਡੇ ਘਰ ਉੱਠ ਕੇ ਆਏ ਨਾ। ਤੋ ਸੋ ਵੱਡਿਆਂ ਲੀਡਰਾਂ ਤੋਂ ਮੈਂ ਇਹੀ ਗੁਜ਼ਾਰਿਸ਼ ਕਰਨਾ ਕਿ ਤੁਸੀਂ ਸੁੱਖ ਦੇ ਵਿੱਚ ਤਾਂ ਜਾਂਦੇ ਹੋ ਲੇਕਿਨ ਦੁੱਖ ਦੇ ਵਿੱਚ ਵੀ ਸ਼ਰੀਕ ਹੋਗੋ ਵਰਕਰ ਦੇ, ਜਦੋਂ ਕਿ ਵਰਕਰ ਦਾ ਹੌਸਲਾ ਵਧਾ। ਥੈਂਕ ਯੂ।